ਇੱਥੋਂ ਜਲੰਧਰ, ਲੁਧਿਆਣਾ, ਰਾਜਪੁਰਾ, ਖੰਨਾ ਔਰ ਉਸ ਤੋਂ ਬਾਅਦ ਰਾਤ ਅੰਬਾਲੇ ਸਟੇ ਹੋਏਗਾ। ਅੰਬਾਲੇ ਤੋਂ ਬਾਅਦ ਅੰਬਾਲੇ ਦੇ ਹਰਿਆਣਾ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚੋਂ ਬਾਹਰੋਂ ਹਾਈਵੇ ਤੋਂ ਹੁੰਦੇ ਹੋਏ ਜੀਟੀ ਰੋਡ ਤੋਂ ਦਿੱਲੀ ਪਹੁੰਚੋ। ਸਿੱਖਾਂ ਦੀ ਸੰਸਥਾ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਉਹਨਾਂ ਦੇ ਮੁੱਖ ਸੇਵਾਦਾਰ ਕਾਲਕਾ ਜੀ ਅਤੇ ਹੋਰ ਸਾਰੇ ਸਾਥੀ ਅਕਾਲ ਤਖ਼ਤ ਸਾਹਿਬ ਤੋਂ ਇੱਕ ਨਗਰ ਕੀਰਤਨ ਲੈ ਕੇ ਅੱਜ ਜਾ ਰਹੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਜੋ ਪ੍ਰਬੰਧ ਇਹਨਾਂ ਵੱਲੋਂ ਕਿਨਾਂ ਸਾਡੇ ਦੇ ਲਾਏ ਗਏ ਸੀ ਪੂਰਨ ਤੌਰ 'ਤੇ ਸਹਿਯੋਗ ਦਿੱਤਾ ਗਿਆ। ਸੋ ਇਹ ਨਗਰ ਕੀਰਤਨ ਜਿਹੜਾ ਇਹ ਜੱਸਾ ਸਿੰਘ ਰਾਮਗੜੀਆ ਔਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਜਿਹੜੀ ਆ ਸ਼ਹੀਦੀ ਸ਼ਤਾਬਦੀ ਜਿਹੜੀ ਆ ਕਿ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਆ ਨਗਰ ਕੀਰਤਨ ਸ਼ਾਮਿਲ ਹੋਈ ਆ ਅਤੇ ਨਗਰ ਕੀਰਤਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਪੰਜ ਪਿਆਰੇ ਸਾਹਿਬ ਦੀ ਅਗਵਾਈ 'ਚ ਇਹ ਨਗਰ ਕੀਰਤਨ ਜਾ ਰਿਹਾ ਜਿਹੜਾ ਕਿ ਹਰਿਆਣਾ ਬਿਜਲੀ ਹੁੰਦਾ ਹੋਇਆ ਦਿੱਲੀ ਪਹੁੰਚੇਗਾ। ਸੋ ਸਮੁੱਚੇ ਰੂਪ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਆਈਆਂ ਸਾਰੀਆਂ ਹੀ ਸ਼ਖਸੀਅਤਾਂ ਦਾ ਬੜਾ ਸਤਿਕਾਰ ਹੈ ਅਤੇ ਸਨਮਾਨ ਹੈ। ਗੁਰੂ ਕਿਰਪਾ ਕਰੇ ਪੰਥ ਦੇ ਅੰਦਰ ਏਕਤਾ ਇਤਫਾਕ ਅਤੇ ਚੜ੍ਹਦੀ ਕਲਾ ਬਖਸ਼ੇ। Subscribe to One India channel and never miss an update.